ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਦੇਸ਼ ਦੁਨੀਆ ਦੇ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰ ਲੈਨੇ ਆ ਪੰਨੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਕੁਲਦੇਵ ਜੀ ਸਤਿ ਸ਼੍ਰੀ ਅਕਾਲ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਮੈਂ ਥੋੜੀ ਜਿਹੀ ਜ਼ਰੂਰੀ ਗੱਲ ਕਰਨੀ ਚਾਹਨਾ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਾਲੇ ਮਾਲੇ ਜਿਹੜੇ ਨੰਗੇ ਹੋਏ ਉਹਨਾਂ ਦੀ ਜਦੋਂ ਮੈਂ ਉਹ ਸਾਰੀ ਗੱਲ ਕੀਤੀ ਤੇ ਉਹਦੇ ਤੋਂ ਬਾਅਦ ਮੈਨੂੰ ਸਬੰਧਤ ਤਾਵੇਂ ਤੋਂ ਕਈਆਂ ਤੋਂ ਨਵੀਆਂ ਗੱਲਾਂ ਪਤਾ ਲੱਗੀਆਂ ਜਿਨ੍ਹਾਂ ਦੇ ਬਾਅਦ ਮੇਰੀ ਵਾਈਸ ਚਾਂਸਲਰ ਡਾਕਟਰ ਅਰਵਿੰਦ ਨਾਲ ਵੀ ਗੱਲ ਹੋਈ ਹੈ ਤੇ ਕੁਝ ਹੋਰ ਨਾਲ ਲੋਕਾਂ ਜਿਹੜੇ ਦੇ ਨਾਲ ਸਬੰਧਤ ਉਹਨਾਂ ਨਾਲ ਵੀ ਹੋਈ ਹੈ ਉਹਦੇ 'ਚ ਮੇਰੀ ਉਹ ਗੱਲ ਪਹਿਲੀ ਸਾਰੀ ਠੀਕ ਸੀ ਕਿ ਜਦੋਂ ਕਾਲਾ ਮਾਲਾ ਸ਼ੁਰੂ ਹੋਇਆ ਮੁੱਢਲੇ ਤੌਰ ਤੇ ਪਤਾ ਲੱਗਾ ਤੇ ਕੁਝ ਲੱਖਾਂ ਦਾ ਸੀ ਤੇ ਵਧਦੇ ਵਧਦੇ ਇਹ ਪੜਤਾਲ ਜਦੋਂ 2013 ਤੱਕ ਪਛਾਣ ਤੁਰਦੀ ਤੁਰਦੀ ਪਹੁੰਚ ਗਈ 11 ਕਰੋੜ ਤੋਂ ਟੱਪ ਗਿਆ ਤੇ ਅਜੇ ਹੋਰ ਟੱਪ ਸਕਦਾ ਇਹ ਗੱਲ ਸਾਰੀ ਸੱਚੀ ਹੈ ਦੂਸਰੀ ਗੱਲ ਇਹ ਕਿ ਜਿਹੜਾ ਮੈਂ ਕਿਹਾ ਸੀ ਕਿ 2018 ਵਿੱਚ ਆਡਿਟ ਕਰਵਾਇਆ ਗਿਆ ਉਹਦੇ ਵਿੱਚ ਪਤਾ ਲੱਗਾ ਕਿ ਖੋਜ ਕਰਨ ਵਾਲੇ ਕੁਝ ਬੰਦਿਆਂ ਦੇ ਨਾਂ ਤੇ ਬਿੱਲ ਪਾਏ ਗਏ ਖੋਜਕਾਰਜਾਂ ਤੇ ਪਾਏ ਗਏ ਉਹ ਬੰਦੇ ਹੀ ਉੱਥੇ ਹੈ ਨਹੀਂ ਅਸਲ ਵਿੱਚ 2018 ਚ ਕਿਸੇ ਨੇ ਆਡਿਟ ਨਹੀਂ ਕਰਵਾਇਆ ਮੈਨੂੰ ਹੁਣ ਪਤਾ ਲੱਗਾ ਕਿ ਪਿਛਲੇ ਸਾਲ ਜਦੋਂ ਨਵੇਂ ਵਾਈਸ ਚਾਂਸਲਰ ਡਾਕਟਰ ਅਰਵਿੰਦ ਆਏ ਇਨਾਂ ਦੇ ਆਉਣ ਤੋਂ ਬਾਅਦ ਇਨਾਂ ਨੇ ਆਡਿਟ ਸ਼ੁਰੂ ਕਰਵਾਇਆ ਕੀ ਕੀ ਹੋਇਆ ਕੀ ਨਹੀਂ ਹੋਇਆ ਪਿਛਲਿਆਂ ਨੇ ਕੀ ਕੀਤਾ ਮੈਨੂੰ ਪਤਾ ਨਹੀਂ ਪਰ ਉਹ ਸਾਰੇ ਕੁਝ ਦੇ ਵਿੱਚ ਜਦੋਂ ਇਹਨਾਂ ਨੇ ਆਡਿਟ ਕਰਵਾਇਆ ਤੇ ਪਤਾ ਲੱਗਾ ਜਿਹੜੀ ਅਖਬਾਰਾਂ ਵਿੱਚ ਵੀ ਖਬਰ ਆਈ ਹੈ ਸਾਰੇ ਠੀਕ ਨਹੀਂ ਉਹਦੇ ਵਿੱਚ ਵਾਦੇ ਘਾਟੇ ਨੇ ਹੋ ਸਕਦਾ ਮੇਰੇ ਕੋਲੋਂ ਵੀ ਕੁਝ ਵਾਦੇ ਘਾਟੇ ਰਹਿ ਜਾਣ ਪਰ ਇਹ ਗੱਲ ਸੱਚੀ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਵਿਕਾਸ ਕਾਰਜਾਂ ਦੇ ਨਾਂ ਦੇ ਝੂਠੇ ਬਿੱਲ ਅੰਦਰੇ-ਅੰਦਰ ਪ੍ਰਬੰਧਕੀ ਜਿਹੜਾ ਅਮਲਾ ਫੈਲਾ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਬੰਦੇ ਮਿਲ ਕੇ ਪਾਉਂਦੇ ਰਹੇ ਇਹ ਸੋਚ ਕੇ ਪਾ ਦਿੰਦੇ ਰਹੇ ਕਿ ਕਿਹੜਾ ਕਿਸੇ ਨੂੰ ਪਤਾ ਲੱਗਣਾ ਉਹ ਮਾਮਲਾ ਕੁਝ ਲੱਖਾਂ ਤੋਂ ਸ਼ੁਰੂ ਹੋਇਆ ਵੱਧਦਾ-ਵੱਧਾ ਹੁਣ ਕਰੋੜਾਂ ਤੱਕ ਚਲਾ ਗਿਆ ਇਹ ਗੱਲ ਤਾਂ ਬੜੀ ਸਾਫ਼ ਹੈ ਕਿ ਯੂਨੀਵਰਸਿਟੀ ਇਸ ਵਿੱਚ ਨਹੀਂ ਬਹੁਤ ਸਾਰੀਆਂ ਯੂਨੀਵਰਸਟੀਆਂ ਚੋਂ ਸਰ ਕੋ ਰਿਪੋਰਟਾਂ ਆਉਂਦੀਆਂ ਨੇ ਕਿ ਇੱਥੇ ਇਸ ਤਰ੍ਹਾਂ ਦੇ ਕਾਲੇ-ਮਾਲੇ ਹੁੰਦੇ ਪਿਆ ਮੇਰੇ ਕੋਲ ਤੇ ਇਹੋ ਜੀਆਂ ਰਿਪੋਰਟਾਂ ਵੀ ਨੇ ਜਿੱਥੇ ਪੁਰਾਣੇ ਥੀਸਿਸ ਚੁੱਕ ਕੇ ਨਵੇਂ ਬੰਦਿਆ ਦੇ ਨਾਂ ਲਿਖ ਕੇ ਥੀਸਿਸ ਉਹਨਾਂ ਦੇ ਨਾਂ ਤੇ ਛਾਪ ਕੇ ਪਾਸ ਕਰਵਾ ਕੇ ਡਿਗਰੀਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਤਾਂ ਇੱਕ ਇਹੋ ਜਿਹੀ ਥਾਂ ਦੇ ਉੱਤੇ ਇਹੋ ਜਿਹੀ ਡਿਗਰੀ ਬਾਰੇ ਵੀ ਜਾਣਦਾ ਖੇਤੀ ਨਾਲ ਸੰਬੰਧਿਤ ਇੱਕ ਡਿਗਰੀ ਦਾ ਅੱਜ ਤੋਂ 30 ਸਾਲ ਪਹਿਲਾਂ ਰੌਲਾ ਪਿਆ ਸੀ ਉੱਥੇ ਕੀ ਹੁੰਦਾ ਕਿ ਜਿਹੜਾ ਖੋਜ ਕਰਨ ਵਾਲਾ ਵਿਦਿਆਰਥੀ ਹੈ ਉਹ ਪੇਪਰ ਤਿਆਰ ਕਰਕੇ ਲਿਆਉਂਦਾ ਉਹਦਾ ਗਾਈਡ ਉਹਦੇ ਉੱਤੇ ਆਪਣਾ ਨਾਂ ਲਿਖ ਦਿੰਦਾ ਉਹਦਾ ਹੈਡ ਆਫ ਡਿਪਾਰਟਮੈਂਟ ਉਹਦੇ ਉੱਪਰ ਆਪਣਾ ਨਾਂ ਲਿਖ ਦਿੰਦਾ ਤੇ ਜੇ ਬਹੁਤ ਵਧੀਆ ਲੇਖ ਹੋਵੇ ਤੇ ਵਾਈਸ ਚਾਂਸਲਰ ਆਪਣਾ ਨਾਮ ਲਿਖ ਦਿੰਦਾ ਇੱਕ ਵਿਦਿਆਰਥੀ ਨੇ ਇਸ ਗੱਲ ਦੀ ਕੌੜ ਖਾਧੀ ਕਿ ਸਾਡੇ ਕੀਤੇ ਦੇ ਉੱਤੇ ਇਹ ਆਪਣੇ ਨਾਮ ਲਿਖ ਕੇ ਤੇ ਉੱਪਰ ਨੰਬਰ ਬੜਾ ਜਾਂਦੇ ਨੇ ਉਹਨੇ ਜਾਣ ਬੁੱਝ ਕੇ ਇੱਕ ਪੁਰਾਣਾ ਥੀਸਿਸ ਚੁੱਕ ਕੇ ਉਹਨੂੰ ਆਪਣੇ ਨਾਮ ਤੇ ਲਿਆ ਕੇ ਆਪਣੇ ਗਾਈਡ ਨੂੰ ਦਿੱਤਾ ਗਾਈਡ ਨੂੰ ਪਤਾ ਨਹੀਂ ਉਹਨੇ ਹੈਡ ਆਫ ਡਿਪਾਰਟਮੈਂਟ ਨੂੰ ਦਿੱਤਾ ਹੈਡ ਆਫ ਡਿਪਾਰਟਮੈਂਟ ਨੇ ਉਹਦੇ ਉੱਤੇ ਆਪਣਾ ਨਾਮ ਲਿਖ ਕੇ ਵਾਈਸ ਚਾਂਸਲਰ ਨੂੰ ਆਖਿਆ ਕਹਤਾ ਜੀ ਬਹੁਤ ਵਧੀਆ ਥੀਸਿਸ ਬੜਾ ਕਮਾਲ ਦਾ ਤੇ ਵਾਈਸ ਚਾਂਸਲਰ ਨੇ ਇਹ ਕਹਿਤਾ ਬੇਤਸੀਓ ਨੇ ਇਦਾਂ ਕਰੋ ਤੁਹਾਨੂੰ ਮੈਂ ਕਿਸੇ ਹੋਰ ਪਾਸਿਓਂ ਕੰਪਨਸੇਟ ਕਰ ਦੂੰਗਾ ਮੇਰੇ ਨਾਂ ਤੇ ਛੱਪ ਜਾਣ ਦਿਓ ਜਦੋਂ ਛੱਪ ਗਿਆ ਬੱਲੇ ਬੱਲੇ ਦਿੱਲੀ ਤੱਕ ਹੋ ਗਈ ਦੁਨੀਆ ਦੇ ਦੂਸਰੇ ਦੇਸ਼ਾਂ 'ਚੋਂ ਚਿੱਠੀਆਂ ਆਉਣ ਲੱਗ ਪਈਆਂ ਵੀ ਇਹ ਥੀਸਿਸ ਚੋਰੀ ਕੀਤਾ ਗਿਆ ਘੱਟੋ ਘੱਟ 12 ਸਾਲ ਪਹਿਲਾਂ ਇੱਕ ਇੰਟਰਨੈਸ਼ਨਲ ਜਰਨਲ ਦੇ ਵਿੱਚ ਸੰਸਾਰ ਪੱਤਰ ਦੇ ਇੱਕ ਮੈਗਜ਼ੀਨ ਦੇ ਵਿੱਚ ਰਸਾਲੇ 'ਚ ਛੱਪ ਚੁੱਕਾ ਹੈ ਤੇ ਕੀਤਾ ਉਸ ਵਿਦਿਆਰਥੀ ਨੇ ਜਾਣ ਬੁੱਝ ਕੇ ਸੀ ਕਿਉਂਕਿ ਉਹਦੇ ਨਾਲ ਮੋੜ ਮੋੜ ਕੇ ਧੱਕਾ ਕੀਤਾ ਜਾ ਰਿਹਾ ਸੀ ਉਹਨੇ ਆਖਿਆ ਮੈਂ ਨੰਗਾ ਕਰਨਾ ਚਾਹੁੰਦਾ ਉਹਨੇ ਨਾਲ ਦੇ ਨੂੰ ਪਹਿਲਾਂ ਦੱਸਦਾ ਸੀ ਕਿ ਆਹ ਕੁਝ ਕਰਦੇ ਆ। ਹੁਣ ਇੱਥੇ ਯੂਨੀਵਰਸਿਟੀਾਂ 'ਚ ਜੋ ਕੁਝ ਹੋ ਰਿਹਾ ਐ। ਐਸ ਤਰ੍ਹਾਂ ਉੱਤਰੀ ਭਾਰਤ ਦੀ ਨਾਮਨੇ ਵਾਲੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਵੀ ਚਰਚਾ 'ਚ ਐ, ਬਹੁਤ ਸਾਰੇ ਕਾਲਜ ਵੀ ਪੰਜਾਬ ਦੇ ਚਰਚਾ 'ਚ ਐ। ਪਤਾ ਨਹੀਂ ਕੀ ਕੁਛ ਐ। ਪਰ ਜਿਹੜੀ ਅਗਲੀ ਗੱਲ ਮੈਂ ਦੱਸਣੀ ਚਾਹਣਾ ਉਹ ਏ ਕਿ ਪੰਜਾਬੀ ਯੂਨੀਵਰਸਿਟੀ ਘਾਟੇ ਵਿੱਚ ਐ, ਉਹਦੇ ਘਾਟੇ ਦੇ ਕਾਰਨ ਹੋਰ ਬਹੁਤ ਸਾਰੇ ਨੇ ਇਹ ਜਿਹੜਾ ਕਬੜਾ ਹੋਇਆ। ਇਹ ਕਬੜਾ ਤੇ 11-12 ਕਰੋੜ ਨਹੀਂ ਵੱਧ ਤੋਂ ਵੱਧ 20 ਕਰੋੜ ਤੱਕ ਚਲਾ ਜਾਵੇਗਾ। ਇਹ ਘਾਟੇ ਦਾ ਕਾਰਨ ਹੀ ਅਸਲ ਘਾਟੇ ਦਾ ਕਾਰਨ ਇਹ ਆ ਕਿ ਜਿਹੜੇ ਕੋਰਸਾਂ ਵਾਸਤੇ ਜਿਹੜੀਆਂ ਡਿਗਰੀਆਂ ਵਾਸਤੇ ਬਾਕੀ ਯੂਨੀਵਰਸਟੀਆਂ ਯੂਨੀਵਰਸਟੀਆਂ ਵਾਵਾ ਪੈਸੇ ਲੈਂਦੀਆਂ ਇਸ ਪੰਜਾਬੀ ਯੂਨੀਵਰਸਿਟੀ ਵਿੱਚ ਕਿਉਂਕਿ ਪਿੰਡੂ ਖੇਤਰ ਦੇ ਬੱਚੇ ਬਹੁਤੇ ਪੜਦੇ ਆ ਉਸ ਲੋਕ ਭਲਾਈ ਦੇ ਕਾਰਜ ਵਾਸਤੇ ਇਹਦੇ ਵਿੱਚ ਉਹਨਾਂ ਫੀਸਾਂ ਦੇ ਜਿਹੜੇ ਹੱਦ ਹੈ ਉਹ ਬਾਕੀ ਯੂਨੀਵਰਸਟੀਆਂ ਨਾਲੋਂ ਕਿਸੇ ਨਾਲੋਂ ਚੌਥਾ ਹਿੱਸਾ ਕਿਸੇ ਨਾਲੋਂ ਤੀਜਾ ਹਿੱਸਾ ਕਿਸੇ ਨਾਲੋਂ ਪੰਜਵਾਂ ਹਿੱਸਾ ਬਹੁਤ ਘੱਟ ਰੱਖੀ ਗਈ ਹੈ ਇੱਕ ਅੰਗਰੇਜ਼ਾਂ ਦੇ ਵੇਲੇ ਤੋਂ ਕਨਸੈਪਟ ਚੱਲਦਾ ਬਾਅਦ ਵਿੱਚ ਭਾਰਤ ਦੀ ਇਹ ਲੋਕਤੰਤਰ ਨੇ ਵੀ ਅਪਣਾਇਆ ਉਹਨੂੰ ਪਬਲਿਕ ਯੂਟਿਲਿਟੀ ਸਰਵਿਸ ਕਹਿੰਦੇ ਆ ਲੋਕ ਭਲਾਈ ਦੇ ਕੰਮ ਉਹਦੇ ਨਾਲ ਇਹ ਵੀ ਹੁੰਦਾ ਕਿ ਜਿੱਥੇ ਤੁਸੀਂ ਇਸ ਤਰ੍ਹਾਂ ਦਾ ਸਾਂਝੇ ਭਲੇ ਦਾ ਕੰਮ ਮਿੱਥ ਕੇ ਕਰਦੇ ਆ ਉਹਦੇ ਜਿਹੜੇ ਘਾਟੇ ਪੈਣ ਉਹਨਾਂ ਘਾਟਿਆਂ ਨੂੰ ਫਿਰ ਸਰਕਾਰਾਂ ਪੂਰਾ ਕਰਦੀਆਂ ਹੁੰਦੀਆਂ ਜੇ ਪੰਜਾਬੀ ਯੂਨੀਵਰਸਿਟੀ ਇੱਡਾ ਵਧੀਆ ਕੰਮ ਕਰਦੀ ਪਈ ਹੈ ਜੇ ਪੰਜਾਬੀ ਯੂਨੀਵਰਸਿਟੀ ਪਿੰਡੂ ਖੇਤਰ ਦੇ ਬੱਚਿਆਂ ਨੂੰ ਪ੍ਰਮੋਟ ਕਰਨ ਵਾਸਤੇ ਉਤਸ਼ਾਹਤ ਕਰਨ ਵਾਸਤੇ ਕੰਮ ਕਰ ਰਹੀ ਹੈ ਤੇ ਉਹਦੇ ਘਾਟੇ ਪੂਰਨੇ ਵੀ ਪੰਜਾਬ ਸਰਕਾਰ ਦੀਆਂ ਜ਼ਿੰਮੇਵਾਰੀਆਂ ਵੇਸੀ ਪਰ ਪਿਛਲੀਆਂ ਦੋਵਾਂ ਸਰਕਾਰੀਆਂ ਸਰਕਾਰਾਂ ਨੇ ਇਹ ਜ਼ਿੰਮੇਵਾਰੀ ਨਿਭਾਈ ਨਹੀਂ ਉਲਟਾ ਹੁੰਦਾ ਇਹ ਰਿਹਾ ਕਿ ਉੱਥੋਂ ਜਿਹੜਾ ਮਰਜ਼ੀ ਚਿੱਠੀ ਲੈ ਆਵੇ ਇੱਥੇ ਬੈਠੇ ਉਹਨਾਂ ਨੂੰ ਫਟਾਫਟ ਨੌਕਰੀ ਦਿੱਤਨੇ ਸੀ ਨਾਮ ਹੀ ਨੌਕਰੀ ਹੋਵੇ ਤਾਂ ਵੀ ਦੇ ਦਿੰਦੇ ਸੀ ਇੱਕ ਨਵੀਂ ਕੁਰਸੀ ਢਾਹ ਕੇ ਤਨਖਾਹ ਮਿਲਣ ਲੱਗ ਜਾਂਦੀ ਸੀ ਉਹ ਕੰਮ ਬਹੁਤ ਹੁੰਦਾ ਰਿਹਾ ਐਸ ਵੇਲੇ ਇਹ ਕਾਲਾ ਮਾਲਾ ਫੜਦਿਆ ਫੜਦਿਆਂ 100 ਤੋਂ ਵੱਧ ਬੰਦਿਆਂ ਦਾ ਪਤਾ ਲੱਗ ਗਿਆ ਜਿਨ੍ਹਾਂ 'ਚੋਂ 40 ਕੁ ਪਛਾਣੇ ਗਏ ਆ ਬਾਕੀ ਪਛਾਣੇ ਜਾਣੇ ਆ ਪਰ ਇਹਦੇ ਨਾਲ ਮੈਂ ਫਿਰ ਕਹੂੰਗਾ ਕਿ ਯੂਨੀਵਰਸਿਟੀ ਨੂੰ ਘਾਟੇ ਦਾ ਕਰਨੇ ਕਾਲੇ-ਮਾਲੇ ਨਹੀਂ ਇਹ ਕਾਲੇ-ਮਾਲੇ 11-12 ਕਰੋੜ ਨਹੀਂ 20 ਕਰੋੜ ਵੱਧ ਤੋਂ ਵੱਧ 30 ਕਰੋੜ ਤੱਕ ਚਲੇ ਜਾਣਗੇ ਅਸਲ ਗੱਲ ਇਹ ਆ ਕਿ ਪੰਜਾਬ ਦੀ ਨਵੀਂ ਸਰਕਾਰ ਨੂੰ ਇਸ ਯੂਨੀਵਰਸਿਟੀ ਦੀ ਬਾਹ ਫੜਨੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਤੇ ਕੀਤਾ ਇਸ ਵਾਅਦੇ ਤੋਂ ਅੱਗੇ ਵੱਧ ਕੇ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਯੂਨੀਵਰਸਿਟੀ ਪਿੰਡੂ ਖੇਤਰ ਦੇ ਬੱਚਿਆਂ ਦਾ ਭਲਾ ਕਰਨ ਵਾਸਤੇ ਬਣਾਈ ਗਈ ਹੈ ਪੰਜਾਬੀ ਪ੍ਰਮੋਟ ਕਰਨ ਵਾਸਤੇ ਬਣਾਈ ਗਈ ਹੈ ਇਹ ਕੋਈ ਮੁਨਾਫੇ ਦਾ ਕੇਂਦਰ ਨਹੀਂ ਇਸ ਕਰਕੇ ਤੋਂ ਮੁਨਾਫੇ ਦੀ ਝਾਕਰ ਛੱਡ ਕੇ ਲੋਕ ਭਲਾਈ ਦਾ ਧਿਆਨ ਰੱਖ ਕੇ ਇਸ ਯੂਨੀਵਰਸਿਟੀ ਨੂੰ ਜੋ ਵੀ ਮਦਦ ਦੀ ਲੋੜ ਹੋਵੇ ਉਹ ਦਿੱਤੀ ਜਾਵੇ। ਇਸ ਦੇ ਵਿੱਚ ਸ਼ਾਇਦ ਕੋਈ ਵੱਡਾ ਬਦਲਾ ਹੋਣ ਜਾ ਰਿਹਾ ਕਿਉਂਕਿ ਅਮਿਤ ਸ਼ਾਹ ਦੀ ਜੋ ਬਿਆਨ ਆਇਆ ਉਹ ਤੋਂ ਤਾਂ ਹੀ ਲੱਗਦਾ ਹੈ ਉਹਨਾਂ ਨੇ ਕਿਹਾ ਕਿ 370 ਵੀ ਅਸੀਂ ਹਟਾਤੀ ਹੈ, ਸੀਏ ਵੀ ਲਾਗੂ ਕਰਤਾ ਤੇ ਰਾਮ ਮੰਦਰ ਦਾ ਨਿਰਮਾਣ ਵੀ ਹੁਣ ਹੋ ਰਿਹਾ ਹੈ। ਤੇ ਹੁਣ ਜਿਹੜਾ ਕਾਮਨ ਸਿਵਲ ਕੋਡ ਹੈ ਉਹਦਾ ਹੱਲ ਅਸੀਂ ਕਰਾਂਗੇ ਇਹ ਬਿਆਨ ਆਇਆ ਅਮਿਤ ਸ਼ਾਹ ਦਾ। ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਉਹਨਾਂ ਦੇ ਕੋਲ ਇੰਨੀ ਵੱਡੀ ਤਾਕਤ ਹੈ ਤੇ ਉਹ ਸਭ ਕੁਝ ਕਰ ਸਕਦੇ ਆ। ਅਟਰਬਿहारी ਬਾਜਪਈ ਜਦੋਂ ਪ੍ਰਧਾਨ ਮੰਤਰੀ ਬਣੇ ਤੇ ਵਿਰੋਧੀ ਧਿਰ ਨੇ ਵੰਗਾਰ ਕੇ ਕਿਹਾ ਸੀ ਤੁਸੀਂ ਕਹਿੰਦੇ ਰਹੇ ਆ ਜਦੋਂ ਅਸੀਂ ਸੱਤਾ 'ਚ ਆ ਗਏ ਰਾਮ ਮੰਦਰ ਬਣਾਵਾਂਗੇ ਬਾਬਰੀ ਮਸਜਿਦ ਦੀ ਥਾਂ ਤੇ ਤੁਸੀਂ ਕਹਿੰਦੇ ਸੀ ਕਾਮਨ ਸਿਵਲ ਕੋਡ ਕਰਾਂਗੇ ਤੁਸੀਂ ਕਹਿੰਦੇ ਸੀ ਧਾਰਾ 370 ਜੰਮੂ ਕਸ਼ਮੀਰ ਦੀ ਹਟਾ ਦਿਆਂਗੇ ਹੁਣ ਹਟਾਉਂਦੇ ਕਿਉਂ ਨਹੀਂ ਤੇ ਅਟਰਬਿहारी ਬਾਜਪਈ ਨੇ ਕਿਹਾ ਸੀ ਅਜੇ ਗੱਠਜੋੜ ਦੀ ਸਰਕਾਰਿਆ ਸਾਡੀ ਨਹੀਂ ਜਿਸ ਦਿਨ ਸਾਡੀ ਕੱਲਿਆਂ ਦੀ ਬਹੁ ਗਿਣਤੀ ਹੋਈ ਫਿਰ ਇਹ ਵੀ ਕਰਕੇ ਵਿਖਾ ਦਿਆਂਗੇ ਉਹਦੀ ਗੱਲ ਹਾਸੇ ਚ ਲਈ ਗਈ ਸੀ ਜਦੋਂ ਨਰਿੰਦਰ ਮੋਦੀ ਸਾਹਿਬ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ 272 ਸੀਟਾਂ ਉਹਨਾਂ ਨੂੰ ਚਾਹੀਦੀਆਂ ਸੀ ਪਾਰਲੀਮੈਂਟ 'ਚ ਬਹੁਤ ਸੰਮਤੀ ਵਾਸਤੇ 282 ਆ ਗਈਆਂ ਇਹਨਾਂ ਨੇ ਉਦੋਂ ਹੀ ਥੋੜਾ ਥੋੜਾ ਕੰਮ ਸ਼ੁਰੂ ਕਰ ਦਿੱਤਾ ਸੀ ਉਹਦੇ ਤੋਂ ਬਾਅਦ ਫਿਰ ਜਦੋਂ ਦੂਸਰੀ ਵਾਰੀ 'ਚ ਇਹਨਾਂ ਦੀਆਂ ਸੀਟਾਂ 300 ਤੋਂ ਟੱਪ ਗਈਆਂ ਭਾਈਵਾਲ ਨਾਲ ਰਹਿਣ ਜਾਂ ਟੁੱਟ ਜਾਣ ਕੋਈ ਫਰਕ ਨਹੀਂ ਸੀ ਪੈਂਦਾ ਉਦੋਂ ਇਹ ਨੱਕ ਦੀ ਸਿਹਤ ਵਿੱਚ ਤੁਰਪ ਹੈ ਰਾਮ ਮੰਦਰ ਵਾਲਾ ਕੇਸ कोर्ट ਵਿੱਚੋਂ ਕਿਸ ਤਰ੍ਹਾਂ ਫੈਸਲਾ ਆਇਆ ਕਿਸ ਤਰ੍ਹਾਂ ਨਹੀਂ ਇਹਦੇ ਬਾਰੇ ਕਈ ਵਾਰ ਬਾਤ ਚੱਲਦੇ ਪਏ ਨੇ ਜਿਹੜੇ ਜੱਜ ਸਾਹਿਬ ਨੇ ਫੈਸਲੇ ਦਿੱਤੇ ਸੀ ਉਹ ਜੱਜ ਸਾਹਿਬ ਦੇ ਬਾਰੇ ਵੀ ਗੱਲਾਂ ਚੱਲਦੀਆਂ ਰਹੀਆਂ ਪਰ ਫੈਸਲਾ ਤੇ ਫੈਸਲਾ ਹੁਣ ਉਹ ਲਾਗੂ ਹੋ ਚੁੱਕਾ ਰਾਮ ਮੰਦਰ ਬਣਦਾ ਪਿਆ ਦੂਜਾ ਇਹਨਾਂ ਨੇ ਜਿਹੜਾ ਕਨਸਟੀਟਿਊਸ਼ਨਲ ਐਮੈਂਡਮੈਂਟ ਐਕਟ ਸੰਵਿਧਾਨ ਸੋਧ ਬਿੱਲ ਪਾਸ ਕੀਤਾ ਉਹਦੇ ਉੱਤੇ ਵੀ ਕਈ ਕਿਸਮ ਦੇ ਡਿੱਕੇ ਸਨ ਇਹਨਾਂ ਨੇ ਉਹ ਵਹੀ ਆਖਿਆ ਸੀ ਲਾਗੂ ਕਰਨਾ ਤੇ ਹੌਲੀ ਹੌਲੀ ਕਰਨ ਤੱਕ ਪਹੁੰਚ ਗਏ ਇਹਨਾਂ ਨੇ ਨਾਗਰਿਕਤਾ ਬਾਰੇ ਇੱਕ ਕਾਨੂੰਨ ਲਿਆਂਦਾ ਉਹਦੇ ਬਾਰੇ ਵੀ ਸਿਟੀਜ਼ਨ ਜਿਹੜਾ ਰਜਿਸਟਰ ਸੀਗਾ ਉਹਦੀ ਗੱਲ ਚੱਲੀ ਉਹਦੇ ਬਾਰੇ ਵੀ ਇੱਕ ਇੱਕ ਕਦਮ ਕਰਕੇ ਅੱਗੇ ਵੱਧਦੇ ਗਏ ਜਦੋਂ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ 3 ਸਾਲ ਪਹਿਲਾਂ ਇਹ ਆਖਿਆ ਸੀ ਕਿ ਅਗਲੇ 3 ਦਿਨਾਂ ਦੇ ਅੰਦਰ ਅੰਦਰ ਸਾਰੇ ਟੂਰਿਸਟ ਇੱਥੋਂ ਨਿਕਲ ਜਾਓ ਅਬਰਨਾਥ ਦੀ ਯਾਤਰਾ ਤੇ ਆਏ ਹੋਏ ਲੋਕ ਵੀ ਭਗਵਾਨ ਦੇ ਦਰਸ਼ਨ ਕਰਨੇ ਭੁੱਲ ਕੇ ਵਾਪਸ ਚਲੇ ਜਾਓ ਜਦੋਂ ਉੱਥੇ ਪੈਰਾਮਿਲਟਰੀ ਫੋਰਸ ਇੱਕਦਮ ਲਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਇਹ ਸੁਨੇਹਾ ਪਹੁੰਚ ਗਿਆ ਸੀ ਕਿ ਪੈਰਾਮਿਲਟਰੀ ਫੋਰਸਿਸ ਦੋ ਦਿਨਾਂ ਦੇ ਅੰਦਰ-ਅੰਦਰ 6 ਮਹੀਨਿਆਂ ਜੋਗਾ ਰਾਸ਼ਨ ਸਟਾਕ ਕਰ ਲੈਣ ਤੇ ਮੈਂ ਪਹਿਲਾ ਬੰਦਾ ਸੀ ਜਿਨੇ ਆਖਿਆ ਸੀ ਕਿ ਦੋ ਚਾਰ ਦਿਨਾਂ ਦੇ ਅੰਦਰ-ਅੰਦਰ ਕੇਂਦਰ ਸਰਕਾਰ ਇੱਥੇ ਧਾਰਾ 370 ਤੋੜਨ ਵਾਲੀ ਹੈ ਤੇ ਮੇਰਾ ਮਜ਼ਾਕ ਉਡਾਇਆ ਗਿਆ ਸੀ ਉਹਦੇ ਤੋਂ ਬਾਅਦ 5 ਅਗਸਤ ਨੂੰ ਸੱਚੀ ਮੁੱਚੀ ਧਾਰਾ 370 ਤੋੜ ਦਿੱਤੀ ਗਈ ਸੀ ਕੱਲੀ ਧਾਰਾ 370 ਨਹੀਂ ਸੀ ਤੋੜੀ ਗਈ ਉਹਦੇ ਨਾਲ ਹੀ ਜੰਮੂ ਕਸ਼ਮੀਰ ਦੀ ਸਟੇਟ ਤੋੜ ਦਿੱਤੀ ਗਈ ਸੀ ਉਹਦਾ ਇੱਕ ਹਿੱਸਾ ਕੱਟ ਕੇ ਲਦਾਖ ਦੀ ਵਕਰੀ ਯੂਨੀਅਨ ਟੈਰੀਟਰੀ ਬਣਾ ਦਿੱਤੀ ਤੇ ਜਿਹੜਾ ਬਾਕੀ ਜੰਮੂ ਕਸ਼ਮੀਰ ਰਹਿ ਗਿਆ ਇਹਨੂੰ ਵੀ ਜੰਮੂ ਕਸ਼ਮੀਰ ਸਟੇਟ ਨਹੀਂ ਰਹਿਣ ਦਿੱਤਾ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀ ਉਹਦੇ ਤੋਂ ਬਾਅਦ ਬੜਾ ਕੁਝ ਹੋtheta ਰਿਹਾ ਜੀ 6 ਮਹੀਨੇ ਤੱਕ ਤੇ ਕਰਫਿਊ ਵਾਲੀ ਸਥਿਤੀ ਰਹੀ ਲੋਕੀ ਇੰਟਰਨੈਟ ਵੀ ਪੂਰਾ ਨਹੀਂ ਸੰਬਤ ਕਰ ਸਕਦੇ ਕਈ ਹੋਰ ਪਾਬੰਦੀਆਂ ਲੱਗੀਆਂ ਰਹੀਆਂ ਹੁਣ ਅਮਿਤ ਸ਼ਾਹ ਉਹ ਰਿੱਠੀ ਕਹਿੰਦੇ ਆ ਉਹ ਕਹਿੰਦੇ ਜੀ ਸਾਡਾ ਸਾਹ ਉਥੋਂ ਸੋਖਾ ਹੋ ਚੁੱਕਾ ਅਸੀਂ ਬਹੁਤ ਸਾਰੇ ਕੰਮ ਹੋਰ ਕਰ ਲਿਆ ਹੁਣ ਅਗਲਾ ਕੰਮ ਸਾਡਾ ਇਹ ਆ ਕਿ ਇਸ ਦੇਸ਼ ਦੇ ਵਿੱਚ ਕਾਮਨ ਸਿਵਲ ਕੋਡ ਲਾਗੂ ਕਰਨਾ ਉਹ ਕਾਮਨ ਸਿਵਲ ਕੋਰਟ ਲਾਗੂ ਕਰਨਾ ਜਿਹਦੇ ਬਾਰੇ ਚ ਹਮੇਸ਼ਾ ਤੋਂ ਭਾਜਪਾ ਦੇ ਲੀਡਰ ਆਪਣੀਆਂ ਪਾਰਟੀ ਮੀਟਿੰਗਾਂ ਚ ਆਪਣੇ ਜਲਸਿਆਂ ਚ ਆਪਣੀਆਂ ਰੈਲੀਆਂ ਚ ਤੇ ਗੱਲ ਕਰਦੇ ਰਹੇ ਪਰ ਕਦੇ ਕਿਸੇ ਨੇ ਅਜੇ ਤੱਕ ਇਹ ਨਹੀਂ ਸੀ ਆਖਿਆ ਕਿ ਅਸੀਂ ਪਾਰਲੀਮੈਂਟ ਚ ਖਲੋ ਕੇ ਵੀ ਕਵਾਂਗੇ ਲਾਗੂ ਕਰਨਾ ਇਹਦੇ ਤੋਂ ਕੰਨੇ ਕਤਰੋਂ ਦੇ ਰਹੇ ਸੀ ਹੁਣ ਕਿਉਂਕਿ ਉਹਨਾਂ ਕੋਲ ਬਹੁਤ ਵੱਡੀ ਬੋਗਣਤੀ ਹੈ ਔਰ ਜੋ ਕੁਝ ਉਹਨਾਂ ਨੇ ਪਾਰਲੀਮੈਂਟ ਚ ਪਾਸ ਕਰਾਉਣਾ ਉਹ ਬਹੁਤ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚੋਂ ਵੀ ਪਾਸ ਕਰਵਾਉਣ ਦੀ ਸਥਿਤੀ ਵਿੱਚ ਨੇ ਉਹਨਾਂ ਨੇ ਇਹ ਕਹਿਤਾ ਅੱਜ ਕਿ ਅਸੀਂ ਕਾਮਨ ਸਿਵਲ ਕੋਡ ਵੀ ਲਾਗੂ ਕਰਾਂਗੇ ਜਦੋਂ ਕਾਮਨ ਸਿਵਲ ਕੋਡ ਲਾਗੂ ਕਰਨਗੇ ਉਹ ਕਹਿੰਦੇ ਅਸੀਂ ਤਿੰਨ ਤਲਾਕ ਵੀ ਤੇ ਲਾਗੂ ਕੀਤਾ ਹੀ ਆ ਨਾ ਕਿੰਨਾ ਰੌਲਾ ਪੈਂਦਾ ਸੀ ਤੁਸੀਂ ਲਾਗੂ ਕਰ ਹੀ ਨਹੀਂ ਸਕਦੇ ਜਿਹੜੇ ਰੌਲਾ ਪਾਉਣ ਵਾਲੇ ਸੀ ਹੁਣ ਕਿੱਥੇ ਹੌਲੀ-ਹੌਲੀ ਅਸੀਂ ਕਰਤਾ ਔਰ ਮੁਸਲਮਾਨ ਸਮਾਜ ਨੇ ਹੌਲੀ-ਹੌਲੀ ਇਹਨੂੰ ਮੰਨ ਲਿਆ ਹੁਣ ਹਿਜਾਬ ਦੇ ਸਵਾਲ ਦੇ ਉੱਤੇ ਵੀ ਰੌਲਾ ਪਿਆ ਕੱਲ ਵੀ ਕਰਨਾਟਕਾ ਚ ਦੋ ਵਿਦਿਆਰਥਣਾਂ ਇਸ ਕਰਕੇ ਮੋੜ ਦਿੱਤੀਆਂ ਗਈਆਂ ਕਿ ਉਹਨਾਂ ਨੇ ਕਿਹਾ ਸੀ ਹਿਜਾਬ ਨਹੀਂ ਉਤਾਰਨਾ ਤੇ ਉਹਨਾਂ ਨੂੰ ਇਹ ਕਹਿਤਾ ਕਿ ਆ ਕਿ ਜੇ ਹਿਜਾਬ ਨਹੀਂ ਉਤਾਰਨਾ ਤੇ ਤੁਹਾਨੂੰ ਇਮਤਿਹਾਨ ਨਹੀਂ ਦੇਣ ਦਿੱਤਾ ਜਾਵੇਗਾ। ਉਹਨਾਂ ਆਖਿਆ ਜੀ ਅਸੀਂ ਆਪਣੇ ਰਿਵਾਇਤ ਦੀ ਪਾਲਣਾ ਕਰਨੀ ਇਮਤਿਹਾਨ ਹੁੰਦਾ ਹੋਵੇ ਨਹੀਂ ਹੁੰਦਾ ਤੇ ਨਾ ਹੋਵੇ। ਉਹ ਛੱਡ ਕੇ ਚਲੀਆਂ ਗਈਆਂ। ਉਹਨਾਂ ਦੇ ਕੈਰੀਅਰ ਦਾ ਨੁਕਸਾਨ ਹੋ ਸਕਦਾ। ਉਹਨਾਂ ਦੇ ਪਰਿਵਾਰ ਦਾ ਨੁਕਸਾਨ ਹੋ ਰਿਹਾ। ਆਰਥਿਕ ਪੱਖੋਂ ਵੀ ਹੋ ਰਿਹਾ। ਇਹਦੇ باوجود ਉਹਨਾਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ। ਹੁਣ ਜੇ ਉਹ ਦੇਸ਼ ਦੇ ਕਰਮ ਮੰਤਰੀ ਅਮਿਤ ਚਾਹ ਨੇ ਕਹਿਤਾ ਕਿ ਅਸੀਂ ਕਾਮਨ ਸਿਵਲ ਕੋਡ ਲਾਗੂ ਕਰਨਾ। ਮੈਨੂੰ ਜੋ ਦਿਸਦਾ ਹੋਏ ਇੱਕ ਦੇਸ਼ ਦੀ ਆਪੋਜੀਸ਼ਨ ਇੰਨੀ ਮਜ਼ਬੂਤ ਹੈ ਨਹੀਂ। ਕਿ ਉਹਦੇ ਸਾਹਮਣੇ ਕੋਈ ਸਪੀਡ ਬ੍ਰੇਕਰ ਖੜਾ ਕਰ ਸਕੇ ਜਿੱਥੇ ਸਪੀਡ ਬ੍ਰੇਕਰ ਖੜਾ ਨਾ ਹੋਵੇ ਉੱਥੇ ਤੇ ਫਿਰ ਜੋ ਮਰਜੀ ਇਹ ਪਾਸ ਕਰਵਾ ਲਉਣ ਜੋ ਮਰਜੀ ਇਹ ਲਾਗੂ ਕਰਵਾ ਦਨ ਕਿਸੇ ਕਿਸਮ ਦਾ ਡਿੱਕਾ ਨਹੀਂ ਆਰਾਮ ਨਾਲ ਕਰਵਾ ਸਕਦੇ ਆ ਉਸ ਪਾਸੇ ਨੂੰ ਅਜੇ ਉਹਨੇ ਸਿਰਫ ਬਿਆਨ ਦਿੱਤਾ ਅਗਲੇ ਦਿਨਾਂ ਜਦੋਂ ਅਮਲਵਾਲੇ ਪਾਸੇ ਨੂੰ ਤੁਰਨਗੇ ਫਿਰ ਵੇਖਿਆ ਜਾਵੇਗਾ ਸਰਕਾਰੀ ਸਮਾਗਮਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਸੀ ਕਿ ਜਿਹੜਾ ਮੁੱਖ ਮਹਿਮਾਨ ਹੁੰਦਾ ਜਾਂ ਫਿਰ ਕੋਈ ਮੰਤਰੀ ਆਉਂਦਾ ਤਾਂ ਉਹਨੂੰ ਗੁਲਦਸਤਾ ਪੇਂਟ ਕਰਕੇ ਉਹਦਾ ਸਵਾਗਤ ਕੀਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਊਗਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਸਮਾਗਮਾਂ ਦੇ ਵਿੱਚ ਗੁਲਦਸਤੇ ਨਹੀਂ ਪੈਂਟ ਕੀਤੇ ਜਾਣਗੇ ਤੇ ਨਾਲ ਹੀ ਜਿਹੜੀਆਂ ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ ਨੇ ਉਹਨਾਂ ਦੇ ਉੱਤੇ ਵੀ ਬੈਨ ਲਗਾ ਦਿੱਤਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ ਤੇ ਬੈਨ ਲਾ ਦੇਣ ਕੋਈ ਹੋਰ ਪ੍ਰਬੰਧ ਕਰਨਾ ਪਵੇਗਾ ਅੱਗੋਂ ਗਰਮੀ ਆ ਰਹੀ ਗਰਮੀ 'ਚ ਸਟੇਜ ਤੇ ਬੈਠਿਆਂ ਨੂੰ ਪਾਣੀ ਤਾਂ ਪਿਉਣਾ ਪਵੇਗਾ ਪਿਆਸੇ ਤੇ ਮਾਰਿਆ ਨਹੀਂ ਜਾ ਸਕਦਾ ਕੀ ਪ੍ਰਬੰਧ ਕਰਨੇ ਆ ਇਹ ਸਰਕਾਰ ਜਾਣਦੀ ਹੋਵੇਗੀ ਹੋ ਸਕਦਾ ਕੋਈ ਇਸ ਤਰ੍ਹਾਂ ਦੀਆਂ ਕਾਗਜ਼ੀ ਬੋਤਲਾਂ ਲੈ ਆਉ ਜੇ ਕਾਗਜ਼ੀ ਕੱਪ ਆ ਸਕਦੇ ਆ ਡਿਸਪੋਜ਼ੇਬਲ ਪਲੇਟਾਂ ਆ ਸਕਦੀਆਂ ਨੇ ਤੇ ਇਸ ਤਰ੍ਹਾਂ ਦਾ ਪ੍ਰਬੰਧ ਵੀ ਹੋ ਸਕਦਾ ਕਰ ਲੈਣ ਕੁਝ না ਕੁਝ ਕਰਨਾ ਪੈਗਾ ਸਟੇਜਾਂ ਦੇ ਉੱਤੇ ਸਰਕਾਰੀ ਸਮਾਗਮਾਂ ਦੇ ਵਿੱਚ ਵੀ ਪਾਣੀ ਤਾਂ ਪੀਣ ਨੂੰ ਦੇਣਾ ਪਵੇਗਾ ਜੇ ਉਹਨਾਂ ਨੂੰ ਦੇਣਗੇ ਸਾਹਮਣੇ ਬੈਠੀ ਪਬਲਿਕ ਨੂੰ ਵੀ ਦੇਣਾ ਪਵੇਗਾ ਪਰ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਬਾਕੀ ਦੇਸ਼ਾਂ ਵਿੱਚ ਵੀ ਘਟਾਈ ਜਾ ਰਹੀ ਹੈ ਸਾਡੇ ਪਹਾੜੀ ਰਾਜਾਂ ਦੇ ਵਿੱਚ ਬਿਲਕੁਲ ਰੋਕੀ ਜਾ ਰਹੀ ਹੈ ਜਿਹੜਾ ਕੋਈ ਦੀ ਵਰਤੋਂ ਕਰਦਾ ਉਹਨਾਂ ਵਾਸਤੇ ਜੁਰਮਾਨੇ ਬਹੁਤ ਮੋਟੇ ਲੱਗ ਰਹੇ ਆ ਤੇ ਲੋਕ ਇਹ ਜਾਣਦੇ ਆ ਕਿ ਜੇ ਇਹ ਸਰਕਾਰ ਇਸ ਤਰ੍ਹਾਂ ਦੀ ਸ਼ਕਤੀ ਨਾ ਕਰੇ ਤੇ ਪਹਾੜਾਂ ਦੇ ਵਿੱਚ ਪ੍ਰਦੂਸ਼ਣ ਬਹੁਤ ਫੈਲ ਗਿਆ ਸੀ ਸੁਭਾੜੀ ਸਕਦੇ ਸਾਡੇ ਪੰਜਾਬ ਦੇ ਵਿੱਚ ਵੀ ਅਣ ਗਲੀਆਂ ਨਾਲੀਆਂ ਜਿਹੜੀਆਂ ਨੇ ਇਹਨਾਂ 'ਚ ਗੰਦਪੈਣ ਦਾ ਇੱਕ ਕਾਰਨ ਇਹ ਆ ਕਿ ਪਲਾਸਟਿਕ ਦੇ ਲਿਫਾਫੇ ਜਾ ਕੇ ਨਾਲੀਆਂ 'ਚ ਫਸ ਜਾਂਦੇ ਆ ਨਾਲੀਆਂ ਚੋਕ ਕਰ ਦਿੰਦੇ ਆ ਇੱਥੋਂ ਜਾਂਦੇ ਨੇ ਅੱਗੋਂ ਵੱਡੇ ਨਾਲਿਆਂ ਨੂੰ ਚੋਕ ਕਰ ਦਿੰਦੇ ਨੇ ਫਿਰ ਜਿਹੜੀਆਂ ਵੇਗੀਆਂ ਤੇ ਚੋਹਾ ਹੁਣ ਉਹਨਾਂ 'ਚ ਸੀਤਲ ਜਲ ਤਾਂ ਵਗਦਾ ਨਹੀਂ ਸੀਵਰਾਂ ਦਾ ਗੰਧ ਵਗਦਾ ਪਿਆ ਉਹਨਾਂ ਦੇ ਪੁਲਾਂ ਨੂੰ ਵੀ ਜਾ ਕੇ ਚੋਕ ਕਰਦੇ ਨੇ ਤੇ ਬਰਸਾਤਾਂ ਦੇ ਦਿਨਾਂ 'ਚ ਤਾਂ ਹੋਰ ਵੀ ਸਮੱਸਿਆ ਹੁੰਦੀ ਹੈ ਇਸ ਕਰਕੇ ਸਾਰਾ ਕੁਝ ਜੇ ਪਾਬੰਦੀ ਲਾਉਂਦੀ ਹੈ ਸਰਕਾਰ ਮੈਂ ਸਮਝਦਾ ਗਲਤ ਨਹੀਂ ਕਰ ਰਹੀ ਸਰਕਾਰ ਠੀਕ ਕਰਦੀ ਪਈ ਹੈ ਜੇ ਉਹਨਾਂ ਨੇ ਕਹਿਤਾ ਫੁੱਲਾਂ ਦੇ ਬੁਕੇ ਨਹੀਂ ਦੇਣੇ ਚਾਹੀਦੇ ਮਮੈਂਟੋ ਨਹੀਂ ਦੇਣਾ ਚਾਹੀਦੇ ਮੈਂ ਤੇ ਸਹਿਮਤ ਆ ਮੈਂ ਇਹ ਸਮਝਦਾ ਕਿ ਮਮੈਂਟੋ ਵਗੈਰਾ ਵੀ ਇਹ ਬੰਦ ਕਰਨੇ ਚਾਹੀਦੇ ਆ ਇੱਥੇ ਮੇਰੇ ਜਾਣਕਾਰੀ 'ਚ ਇਹੋ ਜਿਹੇ ਲੋਕ ਵੀ ਹੈਗੇ ਆ ਜਿਨ੍ਹਾਂ ਨੂੰ ਹੁਣ ਤੱਕ 5-5000 ਤੋਂ ਵੱਧ ਮਮੈਂਟੋ ਮਿਲ ਗਿਆ ਉਹਨਾਂ ਦੇ ਘਰ ਚਲੇ ਜਾਓ ਤੇ 500 ਵੀ ਉਹਨਾਂ ਕੋਲ ਨਹੀਂ ਹੁੰਦੇ ਬਾਕੀ ਕਿੱਥੇ ਜਾਂਦੇ ਆ ਕੀ ਕਰਨ ਉਹਨਾਂ ਦਾ ਇਨ ਮਮੈਂਟੋ ਕੋਈ ਵੀ ਆਪਣੇ ਕੋਲ ਸਾਹਮਣੇ ਨਹੀਂ ਰੱਖ ਸਕਦਾ ਆ ਲੀਡਰ ਜਾਂਦੇ ਨੇ ਇਹਨਾਂ ਨੂੰ ਇੱਕ ਇੱਕ ਦਿਨ 'ਚ ਤਿੰਨ ਤਿੰਨ ਮਮੈਂਟੋ ਮਿਲ ਜਾਂਦੇ ਆ ਸਾਲ ਦੇ ਤੇ ਉਹਨਾਂ ਦੇ ਕੋਲ ਹਜ਼ਾਰ ਦੇ ਕਰੀਬ ਬਣ ਜਾਂਦੇ ਆ ਤੇ 50 ਸਾਲਾਂ ਦੇ ਰਾਜ ਵਿੱਚ ਵਾਵਾ ਜਾਦੇ ਬਣ ਜਾਂਦੇ ਆ ਤੇ ਜਿਹੜਾ 10 ਸਾਲ ਕਰ ਜੇ ਉਹਦੇ ਕੋਲ ਤੇ ਸੁਭਾਲੇ ਨਹੀਂ ਜਾਂਦੇ ਫਿਰ ਕਿੱਥੇ ਜਾਂਦੇ ਆ ਰਿਸ਼ਤੇਦਾਰਾਂ ਨੂੰ ਵੀ ਇਹਨੇ ਨਹੀਂ ਵੰਡ ਸਕਦੇ ਇਹ ਸਾਰਿਆਂ ਨੂੰ ਪਤਾ ਕਿ ਉਹ ਕਿੱਥੇ ਜਾਂਦੇ ਨੇ ਇਸ ਕਰਕੇ ਜੇ ਇਹਨਾਂ ਉੱਤੇ ਰੋਕ ਲੱਗਦੀ ਆ ਤੇ ਚੰਗੀ ਗੱਲ ਆ ਲਾਦਣੀ ਚਾਹੀਦੀ ਏ ਕੱਟ ਕਰਨੇ ਚਾਹੀਦੇ ਆ ਜਿੰਨਾ ਕੁ ਹੋ ਸਕੇ ਇਹ ਖਰਚੇ ਘਟਾਏ ਜਾਣੇ ਚਾਹੀਦੇ ਆ ਔਰ ਇਹਨਾਂ ਖਰਚੀਆਂ ਨੂੰ ਬਚਾ ਕੇ ਲੋਕ ਭਲਾਈ ਦੇ ਕੰਮਾਂ ਤੇ ਲੋੜਵੰਦਾ ਵਾਸਤੇ ਗਰੀਬਾਂ ਵਾਸਤੇ ਖਰਚ ਕੀਤਾ ਜਾਣਾ ਚਾਹੀਦਾ ਇਹ ਹਰ ਥਾਂ ਤੇ ਜਿਹੜਾ ਇੱਕ ਤਮਾਸ਼ਾ ਜਿਹਾ ਬਣਿਆ ਪਿਆ ਇੱਕ ਮਮੈਂਟੋ ਦਿਓ ਇੱਕ ਫੁੱਲਾਂ ਦਾ ਬੁਕੇ ਦਿਓ ਇੱਕ ਸ਼ਾਲ ਦੇ ਦਿਓ ਉਦੇ ਤੋਂ ਬਾਅਦ ਫੋਟੋ ਖਚਾਈ ਜਾਓ ਇਹ ਸਾਰਾ ਕੁਝ ਇੱਕ ਕਿਸਮ ਦਾ ਪਰਪੰਚ ਜਿਹਾ ਬਣ ਗਿਆ ਹੌਲੀ ਹੌਲੀ ਇੱਕ ਰਸਮ ਪੂਰਤੀ ਜੀ ਬਣਦੀ ਜਾਂਦੀ ਹੈ ਇਹਦੇ ਬਜਾਏ ਦੇਣਾ ਤੇ ਤੁਸੀਂ ਵਧੀਆ ਛਪਵਾ ਕੇ ਉਹਨਾਂ ਨੂੰ ਸਰਟੀਫਿਕੇਟ ਦੇ ਦਿਓ ਤੁਸੀਂ ਆਏ ਜੀ ਤੁਹਾਡਾ ਧੰਨਵਾਦ ਜੀ ਇੱਥੇ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ ਜੀ ਉਹ ਸਨਮਾਨਿਤ ਕੀਤੇ ਗਏ ਦਾ ਸਰਟੀਫਿਕੇਟ ਤੁਸੀਂ ਦੇ ਦਿਓ ਉਹ ਅਗਲੇ ਨੇ ਸੰਭਾਲ ਕੇ ਰੱਖਣਾ ਤੇ ਆਪਣੀ ਫਾਈਲ ਚ ਲਾ ਲੇਗਾ ਨਹੀਂ ਸੰਭਾਲ ਕੇ ਰੱਖਣਾ ਤੇ ਜਿੱਥੇ ਮਰਜ਼ੀ ਸੁੱਟ ਦੇਵੇ ਪਰ ਘੱਟੋ ਘਾਟੇ ਮਮੰਟੇ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਸੱਜਣ ਮੈਂ ਇੱਕ ਕਵੀ ਨੂੰ ਪੁੱਛਿਆ ਤੂੰ ਫਲਾਣੇ ਥਾਂ ਜਾਣਾ ਸੀ ਗਿਆ ਨਹੀਂ ਕਹਿੰਦਾ ਪਿਛਲੀ ਵਾਰ ਮੈਂ ਗਿਆ ਸਾਂ ਉਹਨਾਂ ਨੇ ਆਉਣ ਜਾਣ ਦਾ ਕਰਾਇਆ ਤੇ ਮੈਨੂੰ ਦਿੱਤਾ ਨਾ ਤੇ ਇੱਕ ਠੌਵਾ ਜਿਹਾ ਫੜਾਤਾ ਸੀ ਉਹ ਮਮੈਂਟੋ ਨੂੰ ਠੌਵਾ ਕਹਿੰਦੇ ਆ ਜਿਹੜੇ ਉਹ ਠੌਵਾ ਕਹਿੰਦੇ ਆ ਉਹਨਾਂ ਨੂੰ ਕਿਉਂ ਫੜਾਇਆ ਜਾਵੇ ਉਹਦੇ ਬਜਾਏ ਬਿਹਤਰ ਇਹ ਆ ਕਿ ਉਹਨਾਂ ਦਾ ਆਉਣ ਜਾਣ ਦਾ ਖਰਚਾ ਦੇਣਾ ਤੇ ਬਿਨਾਂ ਸ਼ੱਕ ਦੇ ਦਿਓ ਧੰਨਵਾਦ ਦੀ ਇੱਕ ਚਿੱਠੀ ਦੇਣੀ ਇੱਕ ਸਰਟੀਫਿਕੇਟ ਦੇਣਾ ਦੇ ਦਿਓ ਪਰ ਇਹ ਚੀਜ਼ਾਂ ਕੁਝ ਰਸਮਾਂ ਘਟਾਈਆਂ ਜਾਣੀਆਂ ਚਾਹੀਦੀਆਂ ਜੇ ਸਰਕਾਰ ਇਸ ਪਾਸੇ ਨੂੰ ਤੁਰੀ ਹੈ ਤੇ ਮੈਂ ਸਮਝਦਾ ਠੀਕ ਕਰ ਰਹੀ ਹਾਂ ਪੰਜਾਬ ਸਰਕਾਰ ਨੇ ਦੋ ਹੋਰ ਫੈਸਲੇ ਵੀ ਲਏ ਨੇ ਜਿਨ੍ਹਾਂ ਦੇ ਵਿੱਚ ਇੱਕ ਪਾਸੇ ਤਾਂ ਸਰਕਾਰ ਨੇ ਟਰਾਂਸਪੋਰਟਰਾਂ ਲਈ ਐਲਾਨ ਕੀਤਾ ਹੈ ਕਿ ਜਿਨ੍ਹਾਂ ਨੇ ਕੋਰੋਨਾ ਕਰਕੇ ਮੋਟਰ ਟੈਕਸ ਨਹੀਂ ਸੀ ਭਰਿਆ ਉਹਨਾਂ ਨੂੰ 3 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਉਹਦੇ ਵਿੱਚ ਵਿੱਚ ਤੁਸੀਂ ਜਿਹੜਾ ਟੈਕਸ ਹੈ ਉਹ ਜਮ੍ਹਾਂ ਕਰਾ ਸਕਦੇ ਹੋ ਬਿਨਾਂ ਜੁਰਮਾਨੇ ਤੋਂ ਤੇ ਦੂਜੇ ਪਾਸੇ ਸਰਕਾਰ ਨੇ ਜਿਹੜੇ ਜੁਗਾੜੀ ਮੋਟਰਸਾਈਕਲ ਨੇ ਉਹਨਾਂ ਨੇ ਚਲਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਨਾਲ ਮੈਂ ਸਹਿਮਤ ਆ ਪੂਰੀ ਤਰ੍ਹਾਂ ਦੂਸਰੇ ਨਾਲ ਸਹਿਮਤ ਤੇ ਹੈਗਾ ਪਰ ਪੂਰੀ ਤਰ੍ਹਾਂ ਨਹੀਂ ਪਹਿਲੀ ਗੱਲ ਨਾਲ ਇਸ ਕਰਕੇ ਮੈਂ ਸਹਿਮਤ ਆ ਪੂਰੀ ਤਰ੍ਹਾਂ ਕਿ ਜਿਹੜੇ ਕੋਵਿਡ ਦੇ ਦੌਰ ਵਿੱਚ ਕਾਰੋਬਾਰ ਚੱਲਿਆ ਨਹੀਂ ਖੜੇ ਰਹਿ ਟ੍ਰੱਕ ਮੋਟਰਾਂ ਗੱਡੀਆਂ ਉਹਨਾਂ ਦੇ ਟੈਕਸ ਉਦੋਂ ਨਹੀਂ ਤਾਰ ਸਕੇ ਹੁਣ ਚੱਲਦਾ ਪਿਆ ਪਿਛਲੇ ਬਕਾਇਆ ਦੇਣ ਜਿਹੜੇ ਜੁਰਮਾਨੇ ਉਹਨਾਂ ਤੇ ਲੱਦਣਗੇ ਉਹ ਉਹਨਾਂ ਤੋਂ ਦਿੱਤੇ ਨਹੀਂ ਜਾਣੇ ਤੇ ਨਤੀਜਾ ਇਹ ਨਿਕਲੇਗਾ ਕਿ ਉਹਨਾਂ ਤੋਂ ਟੈਕਸ ਵੀ ਨਹੀਂ ਦਿੱਤੇ ਜਾਣੇ ਸਰਕਾਰ ਕੁਝ ਨਾ ਕੁਝ ਛੋਟਾਂ ਦੇਵੇ ਉਹਨਾਂ ਛੋਟਾਂ ਦੇ ਨਾਲ ਜੇ ਉਹ ਬਗੈਰ ਜੁਰਮਾਨਿਆਂ ਤੋਂ ਟੈਕਸ ਦਿੰਦੇ ਆ ਲੈ ਲੈ ਜਾਣ ਤੇ ਸਰਕਾਰ ਕੋਲ ਕਰੋੜਾਂ ਰੁਪਇਆ ਆ ਸਕਦਾ ਔਰ ਇਹਦੇ ਚ ਥੋੜੀ ਜਿਹੀ ਢਿੱਲ ਵਿਖਾਈ ਹੋਵੇ ਤੇ ਸਰਕਾਰ ਦਾ ਫਾਇਦਾ ਕਰੇਗੀ ਮੈਂ ਸਮਝਦਾ ਟਰਾਂਸਪੋਰਟ ਜਿਹੜੇ ਆ ਉਹਨਾਂ ਨੇ ਵੀ ਇਹੋ ਜਿਹੀ ਛੋਟ ਦਾ ਫਾਇਦਾ ਲੈਣਾ ਚਾਹੀਦਾ ਤੇ ਬੇਲੋੜੀ ਜ਼ਿੱਦ ਕੀਤੇ ਬਗੈਰ ਹੁਣ ਜਦੋਂ ਜਿੰਨੀ ਕੁ ਛੇਤੀ ਹੋ ਸਕੇ ਇਹ ਪਿਛਲੇ ਟੈਕਸ ਦੇ ਦੇਣੇ ਚਾਹੀਦੇ ਆ ਤਾਂ ਕਿ ਜੁਰਮਾਨੇ ਨਾ ਦੇਣੇ ਪੈਣ ਜਿਹੜਾ ਦੂਸਰਾ ਸਵਾਲ ਹੈ ਕਿ ਜਿਹੜੇ ਮੋਟਰਸਾਈਕਲ ਰੇੜਿਆਂ ਦੇ ਨਾਲ ਲੱਗੀਆਂ ਰੇੜੀਆਂ ਨੇ ਇਹਨਾਂ ਦੇ ਉੱਤੇ ਪਾਬੰਦੀ ਲਾਉਣ ਦਾ ਕਾਨੂੰਨੀ ਤੌਰ ਤੇ ਨਾ ਇਹ ਮੋਟਰਸਾਈਕਲ ਵਾੜੇ ਰੇੜੇ ਤੇ ਰੇੜੀਆਂ ਚੱਲ ਸਕਦੇ ਆ ਨਾ ਪਿੰਡਾਂ ਵਿੱਚ ਚਾਦੇ ਘੁੜਕੇ ਤੇ ਪੀਟਰ ਰੇੜੇ ਉਹਨਾਂ ਨੂੰ ਹਰ ਥਾਂ ਤੇ ਅੱਡੋ ਅੱਡ ਨਾ ਲੋਕਾਂ ਦਿੱਤੇ ਆ ਉਹ ਵੀ ਨਹੀਂ ਚੱਲ ਸਕਦੇ ਕਾਨੂੰਨੀ ਪੋਜੀਸ਼ਨ ਇਹੋ ਹੀ ਆ ਪਰ ਅਮਲ ਵਿੱਚ ਕੀ ਆ ਜਿਹੜੇ ਪਿੰਡਾਂ ਦੇ ਇਲਾਕੇ ਨੇ ਪਿੰਡੂ ਇਲਾਕਿਆਂ ਦੇ ਵਿੱਚ ਇੱਕ ਪਿੰਡ ਤੋਂ ਦੂਸਰੇ ਪਿੰਡ ਤੱਕ ਜਾਣ ਵਾਸਤੇ ਉੱਥੇ ਕੋਈ ਪਬਲਿਕ ਟਰਾਂਸਪੋਰਟ ਹੈ ਨਹੀਂ ਉੱਥੇ ਕੋਈ ਮੰਨੀ ਬੱਸਾਂ ਨਹੀਂ ਚੱਲਦੀਆਂ ਤੇ ਵੱਡੀਆਂ ਤੇ ਚਲਣੀਆਂ ਕਿੱਥੋਂ ਆ ਉੱਥੇ ਕੋਈ 3-ਵਿਲਰ ਵਗੈਰਾ ਵੀ ਨਹੀਂ ਚੱਲਦੇ। ਉਹਨਾਂ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਇਹੋ ਜਿਹੇ ਰੇੜੇ ਤੇ ਰੇੜੀਆਂ ਬਣੇ ਹੋਏ ਨੇ ਜਿਹੜੇ ਲੋੜ ਪੈਣ ਤੇ ਆਮ ਲੋਕਾਂ ਨੂੰ ਇਹੋ ਜਿਹੀ ਸਹੂਲਤ ਦਿੰਦੇ ਨੇ। ਇਹਦੇ ਵਿੱਚੋਂ ਥੋੜਾ ਬਹੁਤ ਉਹਨਾਂ ਦਾ ਅਨਪਾਣੀ ਵੀ ਚੱਲਦਾ, ਰੋਜ਼ਗਾਰ ਚੱਲਦਾ। ਮੈਂ ਬਿਲਕੁਲ ਇਹੋ ਜੀ ਗੱਲ ਨਹੀਂ ਕਹਿੰਦਾ ਕਿ ਇਸ ਗੈਰਕਾਨੂੰਨੀ ਆਪਰੇਸ਼ਨ ਨੂੰ ਸ਼ਹਿਦ ਦਿੱਤੀ ਜਾਵੇ। ਪਰ ਜਦੋਂ ਇਹ ਚੱਲਦਾ ਸੀ, ਜਦੋਂ ਇਹ ਸ਼ੁਰੂ ਹੋਇਆ ਸੀ, ਉਦੋਂ ਕਿਸੇ ਨੇ ਵੇਖਿਆ? ਬਿਲਕੁਲ ਕਿਸੇ ਨੇ ਨਹੀਂ ਵੇਖਿਆ। ਜਿਹੜੇ ਦੇਸ਼ਾਂ ਵਿੱਚ ਇਹੋ ਜੀ ਲਾਪਰਵਾਹੀ ਹੁੰਦੀ ਆ ਸਰਕਾਰਾਂ ਦੇ ਪੱਧਰ ਤੇ ਥੱਲੇ ਨਿਜਮ ਲਾਗੂ ਕਰਨ ਵਾਲੇ ਦੇ ਪੱਧਰ ਤੇ ਉੱਥੇ ਇਹੋ ਹਾਲ ਹੁੰਦਾ ਤੁਸੀਂ ਜਾ ਕੇ ਨੈਟ ਤੇ ਵੇਖ ਲਿਓ ਤੁਹਾਨੂੰ 4-5 ਦੇਸ਼ ਇਹੋ ਜਿਹੇ ਮਿਲਣਗੇ ਜਿੱਥੇ ਰੇਲਵੇ ਲਾਈਨਾਂ ਦੇ ਉੱਤੇ ਮੋਟਰਸਾਈਕਲ ਵਾਲੇ ਟਰਾਲੀਆਂ ਚਲਦੀਆਂ ਨੇ ਉਹਦੇ ਅੱਗੇ ਮੋਟਰਸਾਈਕਲ ਲਾਇਆ ਟਰਾਲੀ ਬਣਾਈਆਂ ਉਸ ਤਰ੍ਹਾਂ ਦੀ ਜਿਵੇਂ ਰੇਲਵੇ ਦੇ ਰਿਪੇਅਰ ਕਰਨ ਵਾਲੇ ਮੀਟ ਤੇ ਸੁਪਰਵਾਈਜ਼ਰ ਜਾਂਦੇ ਆ ਤੇ ਉਹਨਾਂ ਦੀ ਟਰਾਲੀ ਰੇਲਵੇ ਲਾਈਨ ਤੇ ਚਲਦੀ ਹੁੰਦੀ ਆ ਉਹਦੇ ਉੱਤੇ 8-8 10-10 ਸਵਾਰੀਆਂ ਬਿਠਾ ਕੇ ਮੋਟਰਸਾਈਕਲ ਨੂੰ ਕਿੱਕ ਮਾਰਦੇ ਆ ਜਿਏਗੋ ਕੋ ਰੇਲ ਗੱਡੀ ਆਉਂਦੀ ਹੋਵੇ ਜਾਂ ਆਪਣੇ ਵਰਗੀ ਟਰਾਲੀ ਆਉਂਦੀ ਹੋਵੇ ਤੇ ਚਾਰ ਬੰਦੇ ਚੁੱਕ ਕੇ ਉਹ ਟਰਾਲੀ ਨੂੰ ਪਾਸੇ ਕਰਕੇ ਇਹ ਰੇਲ ਗੱਡੀ ਲੰਘਾ ਕੇ ਉਸ ਰੇਲ ਗੱਡੀ ਤੇ ਫਿਰ ਤੁਰੇ-ਫਿਰਦੇ ਆ ਜਿਹੜੇ ਦੇਸ਼ਾਂ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੋਵੇ ਜਿੱਥੇ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਦੇ ਨਾ ਦਿੱਤੀ ਜਾ ਸਕੇ ਉੱਥੇ ਲੋਕੀ ਇਹੋ ਜਿਹੇ ਜੁਗਾੜ ਦਾ ਪ੍ਰਬੰਧ ਕਰਦੇ ਹੁੰਦੇ ਆ ਮੈਂ ਫਿਰ ਕਿੰਨਾ ਕਿ ਜੁਗਾੜ ਗੈਰ ਕਾਨੂੰਨੀ ਆ ਪਰ ਜੇ ਇਸ ਗੈਰ ਕਾਨੂੰਨੀ ਆਪਰੇਸ਼ਨ ਨੂੰ ਰੋਕਣਾ ਤੇ ਜੋ ਤਰੀਕਾ ਸਰਕਾਰ ਅਪਣਾ ਰਹੀ ਆ ਕਿ ਅੱਜ ਖੜੇ ਪੈਰ ਆਰਡਰ ਕਰਦੇ ਹੋ ਕਿ ਬੰਦ ਤੇ ਲੋਕੀ ਬੰਦ ਕਰ ਦੇਣਗੇ ਇਹ ਹੋਣੇ ਨਹੀਂ ਹੋਵੇਗਾ ਕਿ ਇਹਨਾਂ ਨੂੰ ਬੰਦ ਕਰਵਾਉਣ ਵਾਲੇ ਜਿਹੜੇ ਵਿਭਾਗੇ ਆ ਭਾਵੇਂ ਉਹ ਪੁਲਿਸ ਦਾ ਹੋਵੇ ਭਾਵੇਂ ਟਰਾਂਸਪੋਰਟ ਦਾ ਹੋਵੇ ਭਾਵੇਂ ਕਿਸੇ ਹੋਰ ਦੀ ਡਿਊਟੀ ਡਾ ਦਿਓ ਉਹ ਸਾਰੇ ਇਹਨਾਂ ਤੋਂ ਪੈਸੇ ਇਕੱਠੇ ਕਰਨਗੇ ਆਪਣਾ ਕਮਿਸ਼ਨ ਲੈਣਗੇ ਉਹਦੇ ਨਾਲ ਬਿੱਤਰਿਆ ਕਿ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਭਾਈ ਤੁਹਾਨੂੰ 2 ਮਹੀਨੇ 3 ਮਹੀਨੇ ਜਾਂ ਕੋਈ ਸਮਾਂ ਦਿੱਤਾ ਜਾਂਦਾ ਇਹਨਾਂ ਦੇ ਵਿੱਚ ਵਿੱਚ ਤੁਸੀਂ ਇਹ ਆਪਰੇਸ਼ਨ ਬੰਦ ਕਰਦੇ ਹੋ ਤੇ ਆਪਰੇਸ਼ਨ ਗੈਰਕਾਨੂੰਨੀ ਆ ਜੇ ਤੁਸੀਂ ਉਹਦੇ ਤੋਂ ਬਾਅਦ ਵੀ ਚਲਾਇਆ ਤੇ ਤੁਹਾਡੇ ਖਿਲਾਫ ਕਾਰਵਾਈ ਹੋਵੇਗੀ ਜੁਰਮਾਨੇ ਵੀ ਪੈਣਗੇ ਸਭ ਕੁਝ ਹੋਵੇਗਾ ਪਰ ਕੋਈ ਸਮਾਂ ਦੇਣਾ ਚਾਹੀਦਾ ਅਜਿਹੇ ਨਜਾਇਜ਼ ਬੜੀਆਂ ਦੁਕਾਨਾਂ ਨੇ ਉਹਨਾਂ ਨੂੰ ਵੀ ਢਾਉਣ ਦੀ ਗੱਲ ਜੇ ਮਿਊਨਿਸਪਲ ਕਮੇਟੀ ਆਗਿਆ ਮੰਗੇ ਤੇ ਕਿਸੇ ਵੀ ਅਦਾਲਤ ਵਿੱਚ ਕੇਸ ਚਲਾ ਜਾਵੇ ਤੇ ਉਹ ਪਹਿਲੀ ਗੱਲ ਇਹ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਢਾਉਣ ਤੋਂ ਪਹਿਲਾਂ ਨੋਟਿਸ ਦਿਓ ਇਹਨਾਂ ਨੂੰ ਮੌਕਾ ਦਿਓ ਕਿ ਆਪਣਾ ਸਮਾਨ ਉਹ ਚੋ ਸਮੇਟ ਲੈਣ ਫਿਰ ਇਹਨਾਂ ਨੂੰ ਕਹੋ ਕਿ ਆਪਣੇ ਆਪ ਢਾ ਦੇਣ ਜੇ ਫਿਰ ਵੀ ਨਹੀਂ ਢਾਉਂਦੇ ਤੇ ਮਿਊਨਿਸਪਲ ਕਮੇਟੀ ਜਾ ਕੇ ਢਾ ਦੇਵੇ ਉਹਦੇ ਤੋਂ ਬਿਗਰ ਪਹਿਲਾਂ ਇਦਾਂ ਨਹੀਂ ਹੋ ਸਕਦਾ ਇੱਥੇ ਵੀ ਸਰਕਾਰ ਦਾ ਫੈਸਲਾ ਕਾਨੂੰਨੀ ਪੱਖ ਤੋਂ ਠੀਕ ਹੈ ਸਮਾਜੀ ਪੱਖ ਤੋਂ ਸਰਕਾਰ ਨੂੰ ਥੋੜੀ ਜੀ ਲਚਕੀਲੀ ਹੋਣਾ ਚਾਹੀਦਾ ਇਹ ਲਚਕੀਲਾ ਪੱਖ ਲੈ ਕੇ ਕੁਝ ਦਿਨ ਦੀ ਛੋਟ ਦੇ ਕੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਇੰਨੇ ਕੁ ਚਿਰ ਦੇ ਵਿੱਚ ਵਿੱਚ ਤੁਸੀਂ ਆਪਰੇਸ਼ਨ ਬੰਦ ਕਰ ਦਿਓ ਨਾਲ ਇੱਕ ਚੀਜ਼ ਹੋਰ ਕਰਨੀ ਚਾਹੀਦੀ ਹੈ ਇਹ ਕਹਿ ਦਿੱਤਾ ਜਾਵੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਚੱਲਣ ਵਾਸਤੇ ਮਿੰਨੀ ਬੱਸਾਂ ਜਾਂ ਟੈਕਸੀ ਕੈਬ ਉਹ ਜਿਹੜੀਆਂ ਨੇ ਚਲਾਉਣ ਵਾਸਤੇ ਪਰਮਿਟ ਦਿੱਤੇ ਜਾਣਗੇ ਤੇ ਉਹਨਾਂ ਪਰਮਿਟਾਂ ਦੇ ਵਿੱਚ ਇਹ ਜਿਹੜੇ ਲੋਕ ਬੇਰੁਜ਼ਗਾਰ ਹੋ ਰਹੇ ਇਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਕੋਈ ਨਾ ਕੋਈ ਰਾਹ ਉਹ ਜਿਆ ਕੱਢਣਾ ਚਾਹੀਦਾ ਜਿਹਦੇ ਵਿੱਚ ਸਾਪੋ ਵੀ ਮਰੇ ਛੋਟਾ ਵੀ ਬਚੇ ਇਹੋ ਜਿਹਾ ਰਾਹ ਕੱਢਣਾ ਚਾਹੀਦਾ ਜਿਦੇ ਵਿੱਚ ਕਾਨੂੰਨ ਵੀ ਲਾਗੂ ਹੋ ਜਾਵੇ ਤੇ ਇਹਨਾਂ ਲੋਕਾਂ ਦੇ ਢਿੱਡ ਉੱਤੇ ਲੱਤ ਵੀ ਨਾ ਵੱਜੇ ਕੋਈ ਨਾ ਕੋਈ ਪ੍ਰਬੰਧ ਪੰਜਾਬ ਸਰਕਾਰ ਨੂੰ ਕੱਢਣਾ ਚਾਹੀਦਾ ਮੈਨੂੰ ਯਕੀਨ ਹੈ ਕਿ ਉੱਥੇ ਬੈਠੇ ਸਿਆਣੇ ਸਿਰ ਕੋਈ ਨਾ ਕੋਰਾ ਕੱਢ ਲੈਣਗੇ ਜੀ ਮਨੋਸਾਬ ਇੱਕ ਅਮਰੀਕਾ ਨੇ ਕਿਹਾ ਹੈ ਕਿ ਰੂਸ ਤਾਂ ਐਵੇਂ ਹੀ ਆ ਭਾਰਤ ਨਾਲ ਜਿਹੜੇ ਆਉਣ ਵਾਲੇ ਭਵਿੱਖ ਦੇ ਵਿੱਚ ਸੱਚੇ ਸਬੰਧ ਨੇ ਜਿਹੜੇ ਉਹ ਸਾਡੇ ਸਾਬਿਤ ਹੋਣਗੇ ਦੇਖੋ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਸਲਾਹਕਾਰ ਡਾਇਰੈਕਟ ਨੇ ਇੱਕ ਇੰਟਰਵਿਊ ਦਿੱਤੀ ਉਹਦੇ ਚ ਉਹਨੇ ਆਖਿਆ ਕਿ ਜਿੰਨੀਆਂ ਪਾਬੰਦੀਆਂ ਦੁਨੀਆ ਭਰ ਚੋਂ ਰੂਸ ਉੱਤੇ ਲੱਗੀਆਂ ਇਸ ਤੋਂ ਬਾਅਦ ਰੂਸ ਨੇ ਭੁੱਖ ਦੇ ਵਿੱਚ ਮਹਾਸ਼ਕਤੀ ਨਹੀਂ ਰਹਿਣਾ ਕੋ ਵੱਡੀ ਸ਼ਕਤੀ ਨਹੀਂ ਰਹਿਣਾ ਭਾਰਤੋ ਦੇ ਨਾਲ ਸਮਝੌਤੇ ਕਰੇ ਤੇ ਘਾਟੇ ਚ ਰਵੇ ਗਿਆ ਨੂੰ ਉਸ ਸਮਝੌਤੇ ਜਾਰੀ ਨਹੀਂ ਰੱਖਣੇ ਚਾਹੀਦੇ ਇਹਦੇ ਬਜਾਏ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਮਰੀਕਾ ਸਹਿਬ ਹਸਿਅਤ ਵੀ ਹੈ ਜਿਹਦੀ ਹਸਤੀ ਬਹੁਤ ਤਗੜੀ ਹੈ ਉਹ ਇਹਦੀ ਮਦਦ ਕਰ ਸਕਦਾ ਅਸੀਂ ਅਮਰੀਕਾ ਭਾਰਤ ਦੇ ਨਾਲ ਮਿਲ ਕੇ ਚੱਲਣ ਨੂੰ ਤਿਆਰ ਆ ਜੋ ਬਾਈਡਨ ਦੀ ਜਿਹੜੀ ਸਰਕਾਰ ਹੈ ਅਮਰੀਕਾ ਦੀ ਉਹ ਪੂਰੀ ਤਰ੍ਹਾਂ ਮਿਲ ਕੇ ਚੱਲਣ ਨੂੰ ਤਿਆਰ ਹੈ ਭਾਰਤ ਸਾਡੇ ਨਾਲ ਸਾਂਝ ਵਧਾਵੇ ਪਰ ਵਧਾਉਣ ਤੋਂ ਪਹਿਲਾਂ ਰੋਸ ਦੇ ਨਾਲ ਸਾਂਝ ਘਟਾਵੇ ਤੇ ਫਿਰ ਅਸੀਂ ਮਿਲ ਕੇ ਚੱਲ ਸਕਦੇ ਹਾਂ ਇਹਦੇ ਉੱਤੇ ਭਾਰਤ ਸਰਕਾਰ ਦਾ ਰਿਐਕਸ਼ਨ ਅਜੇ ਤੱਕ ਨਹੀਂ ਆਇਆ ਪਰ ਉੱਥੇ ਮੌਕੇ ਦੇ ਉੱਤੇ ਰਿਐਕਸ਼ਨ ਜਿਹੜਾ ਆਇਆ ਉਹ ਇਹ ਸੀ ਕਿ ਇੱਕ ਪੱਤਰਕਾਰ ਨੇ ਆਖਿਆ ਜੀ ਤੁਹਾਡੀ ਭਰੋਸੇਯੋਗਤਾ ਕੀ ਹੈ ਪਿਛਲਾ ਰਿਕਾਰਡ ਦੱਸਦਾ ਹੈ ਕਿ ਜਦੋਂ 1971 ਚ ਬੰਗਲਾਦੇਸ਼ ਦੀ ਲੜਾਈ ਵੇਲੇ ਭਾਰਤ ਤੇ ਪਾਕਿਸਤਾਨ ਦੇ ਸਿੰਘ ਫਸੇ ਸੀ ਤੁਸੀਂ ਭਾਰਤ ਦੇ ਖਿਲਾਫ ਆਪਣੀ ਸਮੁੰਦਰੀ ਫੌਜ ਦਾ 7ਵਾਂ ਬੇੜਾ ਮਹਿੰਦਵਾ ਸਾਗਰ ਵਾਲੇ ਪਾਸੇ ਨੂੰ ਇੰਡੀਅਨ ਓਸ਼ਨ ਵਾਲੇ ਪਾਸੇ ਨੂੰ ਤੋਰ ਦਿੱਤਾ ਸੀ ਜੇ ਸਾਡੀ ਮਦਦ ਦੇ ਉੱਤੇ ਰੂਸ ਨਾ ਆਉਦਾ ਤੇ ਫਿਰ ਉਸ ਵਕਤ ਤੁਸੀਂ ਤਾਂ ਸਾਡੇ ਖਿਲਾਫ ਆ ਗਏ ਸੀ ਫਿਰ ਅਸੀਂ ਕੀ ਕਰਦੇ ਇਹਦਾ ਜਵਾਬ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਦੇ ਸਲਾਹਕਾਰ ਡਾਇਰੈਕਟ ਨੇ ਬਿਲਕੁਲ ਨਹੀਂ ਦਿੱਤਾ ਉਹ ਕੰਨੀ ਘਤਰਾ ਗਿਆ ਤੇ ਦੂਸਰੇ ਸਵਾਲਾਂ ਵਾਲੇ ਪਾਸੇ ਨੂੰ ਤੁਰ ਗਿਆ ਅਮਰੀਕਾ ਨੇ 1975 ਤੋਂ ਲੈ ਕੇ ਆ ਚਾਰ ਪੰਜ ਸਾਲ ਪਹਿਲਾਂ ਤੱਕ ਲਗਾਤਾਰ 70 ਸਾਲ ਪਾਕਿਸਤਾਨ ਦਾ ਪੱਖ ਪੂਰਿਆ ਤੇ ਭਾਰਤ ਦੀ ਵਿਰੋਧਤਾ ਕੀਤੀ ਹੈ ਹੁਣ ਜੇ ਇੱਕਦਮ ਉਹ ਭਾਰਤ ਦਾ ਬਹੁਤਾ 헤ਜਲਾ ਬਣ ਕੇ ਨੇੜੇ ਲੱਗਣ ਦਾ ਯਤਨ ਕਰੇ ਭਾਰਤ ਨੂੰ ਨੇਤੇ ਕੋਈ ਇਤਰਾਜ਼ ਨਹੀਂ ਉਹਦੇ ਨਾਲ ਦੋਸਤੀ ਕਰਨੀ ਕਰ ਲਵੇ ਪਰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜੀਆਂ ਇੰਨੇ ਚਿਰ ਦੀਆਂ ਦੋਵਾਂ ਦੇਸ਼ਾਂ ਦੀਆਂ ਕੁੜਤਨਾ ਨੇ ਭਾਰਤ ਤੇ ਅਮਰੀਕਾ ਦੀ ਉਹ ਰਾਤੋਂ ਰਾਤ ਨਹੀਂ ਦੂਰ ਹੋਣੀਆਂ ਕੱਲ ਨੂੰ ਕਿਤੇ ਉਹ ਕੁੜਤਨਾ ਕਿਸੇ ਕਿਸਮ ਦਾ ਕੋਈ ਨਵਾਂ ਵਿਗਨ ਨਾ ਪਾਉਂਦੀਆਂ ਹੋਣ ਇਸ ਕਰਕੇ ਜਰਾ ਸੰਭਲ ਸੰਭਲ ਕੇ ਕਦਮ ਪੁੱਟਣੇ ਚਾਹੀਦੇ ਆ ਬਹੁਤੇ ਕਾੜੇ ਪੈ ਕੇ ਇੱਕ ਦੂਜੇ ਦੇ ਨੇੜੇ ਬਿਲਕੁਲ ਨਹੀਂ ਆਉਣਾ ਚਾਹੀਦਾ ਜੀ ਬਹੁਤ ਬਹੁਤ ਜੀ ਤੁਹਾਨੂੰ ਸਾਹਿਬ ਇਸ ਤमाम ਜਾਣਕਾਰੀ ਦਿੱਤੀ ਜੀ ਸ਼ੁਕਰੀਆ ਕੁਲਦੀਪ ਜੀ ਸਤ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾ ਹੀ ਹੁਣ ਮੈਨੂੰ ਕੁਲਦੀਪ ਕਰਤਾਰ ਦੇ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਪ੍ਰਾਈਮੇਰੀ ਸ਼ਰਟਵੀ ਤੁਹਾਡਾ ਆਪਣਾ ਤੁਹਾਡੇ ਲਈ